ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੀ ਰਿਹਾਇਸ਼ ਦੇ ਬਾਹਰ ਮੁੱਖ ਗੇਟ ਹੈ ਜੋ ਪੁਲਿਸ ਦੇ ਵੱਲੋਂ ਬੰਦ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਇਸ ਨੂੰ ਬੰਦ ਕੀਤਾ ਗਿਆ। ਰਵਨੀਤ ਬਿੱਟੂ ਨੇ ਡਿਵੀਜ਼ਨ ਨੰਬਰ 7 ਦੇ ਨੇੜੇ ਵਿਕਾਸ ਪ੍ਰੋਜੈਕਟ ਦਾ ਅੱਜ ਉਦਘਾਟਨ ਕਰਨਾ ਸੀ। ਉਦਘਾਟਨ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਹਮੋ ਸਾਹਮਣੇ ਮੌਕੇ ਤੇ ਨਾ ਹੋਵੇ, ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਾ ਹੋਵੇ, ਇਸ ਕਰਕੇ ਰਵਨੀਤ ਬਿੱਟੂ ਦੇ ਘਰ ਪੁਲਿਸ ਦੇ ਵੱਲੋਂ ਤੈਨਾਤੀ ਕੀਤੀ ਗਈ ਤੇ ਰਵਨੀਤ ਬਿੱਟੂ ਘਰ ਦੇ ਵਿੱਚ ਨਜ਼ਰਬੰਦ ਕੀਤੇ ਗਏ। ਲੁਧਿਆਣਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਵੀ ਰਵਨੀਤ ਬਿੱਟੂ ਦੇ ਘਰ ਨੇ ਪੁਲਿਸ ਨੇ ਗੇਟ ਦੇ ਬਾਹਰ ਕੀਤੀ ਹੈ ਬੈਰੀਕੇਡਿੰਗ। ਜੀ ਹਾਂ, ਜੋ ਮੁੱਖ ਦਰਵਾਜ਼ਾ ਹੈ ਉਹ ਰੱਸੀਆਂ ਦੇ ਨਾਲ ਬੰਦ ਕਰ ਦਿੱਤਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਰਵਨੀਤ ਬਿੱਟੂ ਨੂੰ ਘਰ ਦੇ ਅੰਦਰ ਹੀ ਨਜ਼ਰਬੰਦ ਹੈ ਜੋ ਕਰ ਲਿਆ ਗਿਆ। ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ। ਅੱਜ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਔਰ ਮੈਂ, ਕਿਉਂਕਿ ਇਸ ਕੋਨਸਟੀਚੁਐਂਸੀ ਸਾਡੇ ਕਾਫੀ ਪ੍ਰੋਜੈਕਟ ਹੈ ਜਿਹੜੇ ਚੱਲ ਰਹੇ ਹੈ ਔਰ ਐਮ ਪੀ ਸਾਹਿਬ ਉਹ ਪ੍ਰੋਜੈਕਟਾਂ 'ਤੇ ਵਿਜ਼ਿਟ ਕਰਨਾ ਚਾਹੁੰਦੇ ਸੀ। ਸਪੈਸ਼ਲ ਜਿਹੜਾ ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਕਮਿਊਨਿਟੀ ਸੈਂਟਰ ਬਣਾਇਆ ਗਿਆ ਕੰਪਲੀਟ ਹੈ, ਕਿਉਂਕਿ ਅਸੀਂ ਉਹ ਦੇਖਣਾ ਚਾਹੁੰਦੇ ਸੀ ਕੋਈ ਉਹਦੇ 'ਚ ਕਮੀ ਤਾਂ ਨਹੀਂ ਰਹਿ ਗਈ। ਅਤੇ ਇੱਕ 66 KV ਦਾ ਸਬਸਟੇਸ਼ਨ ਹੈ ਜਿਹੜਾ ਟਿੱਬਾ ਰੋਡ 'ਤੇ ਬਣਾਇਆ ਗਿਆ ਔਰ ਟਿੱਬਾ ਰੋਡ 'ਤੇ ਦੋ ਸਕੂਲ ਹੈ ਜਿਨ੍ਹਾਂ ਦਾ ਕੰਮ ਚੱਲ ਰਿਹਾ ਔਰ ਉਹਦੇ ਨਾਲ 32 ਸੈਕਟਰ 'ਚ ਇੱਕ ਅਸੀਂ ਕਲੱਬ ਬਣਾ ਰਹੇ ਹਾਂ ਉਸ ਇਲਾਕੇ ਦੇ ਲੋਕਾਂ ਵਾਸਤੇ। ਸੋ ਅਸੀਂ ਵਿਜ਼ਿਟ ਕਰਨ ਜਾਣਾ ਸੀ, ਸਾਨੂੰ ਤਾਂ ਪਤਾ ਨਹੀਂ ਅਸੀਂ ਅੰਦਰ ਬੈਠੇ ਹਾਂ ਕਿ ਆ ਬਾਹਰੋਂ ਲੋਕ ਕਿਉਂ ਹੋ ਗਿਆ, ਸਾਡੇ ਤਾਂ ਨੌਲੇਜ ਹੀ ਨਹੀਂ ਹੈ। ਪਰ ਪ੍ਰਸ਼ਾਸਨ ਨਾਲ ਗੱਲਬਾਤ ਹੋਈ, ਤੁਸੀਂ ਪੁੱਛਿਆ ਕਿ ਹਾਂ ਵੀ ਕਿਉਂ ਬੰਦ ਕੀਤਾ ਗਿਆ? ਨਹੀਂ, ਇਸ ਸਰਪ੍ਰਾਈਜ਼, ਕਿਉਂਕਿ ਮੈਂ ਤਾਂ ਹੁਣ ਜਦੋਂ ਆਇਆ ਬਾਹਰ, ਜਦੋਂ ਮੈਂ ਅੰਦਰ ਆਇਆ ਤਾਂ ਮੈਨੂੰ ਕਿਸੇ ਨੇ ਇਹ ਗੱਲ ਕਹੀ ਨਹੀਂ, ਅਸੀਂ ਲੋਕ ਕਰਨ ਲੱਗੇ ਹਾਂ। ਮੈਂ ਕਿਹਾ ਐਮ ਪੀ ਸਾਹਿਬ ਨੂੰ ਮੈਂ ਲੈ ਕੇ ਜਾਣਾ ਅਤੇ ਹੁਣ ਆਇਆ ਤਾਂ ਹੁਣ ਬੰਦ ਹੈ। ਬੇਸਿਕਲੀ ਕੀ ਹੈ, ਆ ਜਿਹੜੇ ਪ੍ਰੋਜੈਕਟਾਂ ਦੀ ਮੈਂ ਗੱਲ ਕਰ ਰਿਹਾ, ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਕਮਿਊਨਿਟੀ ਸੈਂਟਰ, 66 KV ਦਾ ਸਬਸਟੇਸ਼ਨ, ਇੱਕ ਸਾਡਾ ਹੋਰ ਕਲੱਬ ਬਣ ਰਿਹਾ, ਦੋ ਸਕੂਲ ਬਣ ਰਹੇ ਆ। ਬੇਸਿਕਲੀ ਐਮ ਪੀ ਸਾਹਿਬ ਉਹ ਪ੍ਰੋਜੈਕਟਾਂ 'ਤੇ ਵਿਜ਼ਿਟ ਕਰਨਾ ਚਾਹੁੰਦੇ ਸੀ, ਕਿਉਂਕਿ ਮੇਰਾ ਹਲਕਾ ਉਹ ਕਾਂਗਰਸ ਵੇਲੇ ਅਸੀਂ ਸ਼ੁਰੂ ਕੀਤੇ ਸੀਗੇ ਅਤੇ ਉਹ ਉੱਥੇ ਜਾਣ ਤੋਂ ਸਾਨੂੰ ਰੋਕਤਾ ਗਿਆ। ਮੈਨੂੰ ਨਹੀਂ ਪਤਾ ਕਿ ਰੀਜ਼ਨ ਕੀ ਹੈ। ਉਹ ਪ੍ਰੋਜੈਕਟ ਕੰਪਲੀਟ ਹੋ ਚੁੱਕੇ ਨੇ ਜੀ, ਕਹਿੰਦੇ ਵੀ ਉਹ ਉਦਘਾਟਨ ਕਰਨ ਵਾਸਤੇ? ਨਾ ਨਾ, ਉਦਘਾਟਨ ਦਾ ਤਾਂ ਕੰਮ ਹੀ ਕੋਈ ਨਹੀਂ ਹੈ, ਹਜੇ ਤਾਂ ਪ੍ਰੋਜੈਕਟ ਚੱਲ ਰਹੇ ਹੈ। ਮਤਲਬ ਕਿਸੇ ਦੇ ਪੇਂਟ ਹੋਣਾ, ਕਿਸੇ ਦੇ ਟਾਈਲਾਂ ਲੱਗਣੀਆਂ, ਇਹੋ ਜਿਹਾ ਕੁਛ ਨਹੀਂ ਹੈ। ਉਹ ਪ੍ਰੋਜੈਕਟਾਂ 'ਤੇ ਤਾਂ ਤੁਸੀਂ ਲੋਕ ਵੀ ਜਾ ਸਕਦੇ ਹੋ, ਇਹ ਤਾਂ ਪਬਲਿਕ ਦੇ ਪ੍ਰੋਜੈਕਟ ਹੈ, ਕੋਈ ਵੀ ਜਾ ਸਕਦਾ। ਬਟ ਆਹ ਦਿਸ ਇਜ਼ ਟੋਟਲੀ ਅਨਫਾਰਚੂਨੇਟ, ਇਹ ਅੱਜ ਤੱਕ ਕਦੇ ਨਹੀਂ ਹੋਇਆ ਕਿ ਇੱਦਾਂ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ। ਪੁਲਿਸ ਕਹਿ ਰਹੀ ਹੈ ਕਿ ਸੁਰੱਖਿਆ ਨੂੰ ਲੈ ਕੇ ਕੀਤਾ ਵਾ। ਸੁਰੱਖਿਆ ਕਿਹੜੀ ਸਰਕਾਰ ਵੇਲੇ ਪ੍ਰੋਜੈਕਟ ਆਇਆ ਸੀਗਾ ਜੀ? ਉਹ ਕਿਹੜੀ ਸਰਕਾਰ ਵੇਲੇ? ਕਾਂਗਰਸ ਵੇਲੇ, ਕਿਉਂਕਿ ਇਸ ਕੌਂਸਟੀਚੁਐਂਸੀ ਦਾ ਮੈਂ MLA ਰਿਹਾ, ਅਸੀਂ ਉੱਥੇ 11 ਸਕੂਲ ਲੈ ਕੇ ਆਏ ਸੀਗੇ, ਜਿਹੜੇ ਕਿ 3 ਇੱਕ ਕੰਪਲੀਟ ਹੋ ਕੇ ਹੈਂਡਓਵਰ ਹੋ ਗਿਆ ਔਰ 2 ਦਾ ਕੰਮ ਚੱਲ ਰਿਹਾ, ਬਾਕੀ ਰੁਕੇ ਹੋਏ ਆ। ਅਤੇ ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਕਮਿਊਨਿਟੀ ਸੈਂਟਰ, ਜਿਹਦੇ ਵਿੱਚ 2 ਮਲਟੀਪਰਪਜ਼ ਹਾਲ ਬਣੇ ਹੈ ਔਰ ਜਿਹਦੇ 'ਚ ਸੀਨੀਅਰ ਸਿਟੀਜ਼ਨ ਹੋਮ, ਬੱਚੀਆਂ ਵਾਸਤੇ ਸਿਲਾਈ ਮਸ਼ੀਨ ਵਾਸਤੇ ਇੱਕ ਹਾਲ ਬਣਿਆ ਔਰ ਕੰਪਿਊਟਰ ਵਾਸਤੇ, ਇੱਕ ਲੜਕੀਆਂ ਵਾਸਤੇ ਹਾਲ ਬਣਿਆ। ਉਹ ਅਸੀਂ ਜਾ ਕੇ ਵਿਜ਼ਿਟ ਕਰਨਾ ਚਾਹੁੰਦੇ ਸੀ, ਉਹ ਕੰਮ ਕਿੱਥੇ ਤੱਕ ਪਹੁੰਚਿਆ, ਕਿਉਂਕਿ ਉਸ ਇਲਾਕੇ ਦੇ ਵਿੱਚ EWS ਕਲੋਨੀ ਹੈ, ਗਰੀਬ ਪਰਿਵਾਰ ਰਹਿੰਦੇ ਹੈ ਅਤੇ ਉਹਨਾਂ ਦੇ ਦੁੱਖ ਸੁੱਖ ਵਾਸਤੇ ਜਾਂ ਉਹਨਾਂ ਦੀ ਖੁਸ਼ੀ ਗਮ ਵਾਸਤੇ ਉਹ ਚੀਜ਼ਾਂ ਬਣਾਈਆਂ ਗਈਆਂ ਸੀ। ਅਤੇ ਹੁਣ ਇਹਦੇ ਨਾਲ ਟਿੱਬਾ ਰੋਡ ਦੇ ਉੱਤੇ 66 KV ਦਾ ਸਬਸਟੇਸ਼ਨ ਹੈ, ਕਿਉਂਕਿ ਉੱਥੇ ਲਾਈਟ ਦੀ ਬੜੀ ਸਮੱਸਿਆ ਸੀ, 2 ਲੱਖ ਲੋਕ ਲਾਈਟ ਤੋਂ ਵਾਂਝੇ ਸੀਗੇ, ਉਹ ਲੱਗਣ ਨਾਲ ਲਾਈਟ ਦੀ ਸਮੱਸਿਆ ਹਮੇਸ਼ਾ ਵਾਸਤੇ ਖਤਮ ਹੋ ਗਈ। ਤੀਜਾ ਸਾਡਾ ਟਿੱਬਾ ਰੋਡ 'ਤੇ ਇੱਕ ਸਕੂਲ ਸੀਗਾ ਮਹਾਤਮਾ ਇਨਕਲੇਵ ਦੇ ਵਿੱਚ, ਉਹ ਵੀ ਸਕੂਲ ਸੇਮ ਆ ਜਿਹੜਾ ਸਕੂਲ ਦਾ ਉਦਘਾਟਨ ਹੋਇਆ ਇਹਦੇ ਵਰਗਾ ਬਣ ਰਿਹਾ, ਅਸੀਂ ਉਹ ਵਿਜ਼ਿਟ ਕਰਨਾ ਚਾਹੁੰਦੇ ਹਾਂ। ਲੇਕਿਨ ਆਹ ਰੋਕਤਾ ਗਿਆ, ਇਹ ਹੁਣ ਐਮ ਪੀ ਸਾਹਿਬ ਆ ਰਹੇ, ACP ਤੇ SHO ਹੈਗੇ ਆ, ਉਹਨਾਂ ਦੀ ਕੀ ਗੱਲਬਾਤ ਚੱਲ ਰਹੀ ਹੈ ਵੀ ਜਾਣ ਦੇਣਗੇ ਨਹੀਂ ਜਾਣ ਦੇਣਗੇ? ਦੇਖੋ, ਉਹਨਾਂ ਨੂੰ ਸ਼ਾਇਦ ਕੋਈ ਮਿਸਅੰਡਰਸਟੈਂਡਿੰਗ ਇਹ ਹੈ ਕਿ ਕੋਈ ਐਜੀਟੇਸ਼ਨ ਹੈ ਜਾਂ ਕੁਛ ਇਹੋ ਜਿਹਾ ਕੁਛ ਨਹੀਂ ਹੈ। ਵੀ ਆਰ ਜਸਟ ਗੋਇੰਗ ਟੂ ਵਿਜ਼ਿਟ ਅਵਰ ਪ੍ਰੋਜੈਕਟ, ਕਿਉਂਕਿ ਕਾਂਗਰਸ ਦੇ ਪ੍ਰੋਜੈਕਟ ਹੈ, ਕਾਂਗਰਸ ਨੇ ਸ਼ੁਰੂ ਕੀਤੇ ਆ, ਉਹ ਤਾਂ
ਇੱਕ ਆਮ ਲੇਮੈਨ ਵੀ ਜਾ ਕੇ ਉਹ ਦੇਖ ਸਕਦਾ ਕਿਉਂਕਿ ਉਹ ਲੋਕਾਂ ਵਾਸਤੇ ਚੀਜ਼ਾਂ ਬਣੀਆਂ। ਹੁਣ ਤੁਸੀਂ ਹੁਣ ਬੰਦ ਕਰਨ ਨੂੰ ਕਿੱਦਾਂ ਦੇਖਦੇ ਹੋ ਕਾਰਵਾਈ ਜਿਹੜੀ ਕੀਤੀ ਗਈ? ਹਾਂ, ਦਿਸ ਇਜ਼ ਅਨਫਾਰਚੁਨੇਟ। ਤੁਸੀਂ ਪੁਰਾਣੇ ਲੋਕ ਹੋ ਔਰ ਫੋਰਥ ਪਿੱਲਰ ਹੋ ਡੈਮੋਕ੍ਰੇਸੀ ਦਾ, ਤੁਸੀਂ ਦੱਸੋ ਵੀ ਅੱਜ ਤੱਕ ਕਦੀ ਹੋਇਆ? ਤੁਸੀਂ ਸਾਨੂੰ ਉੱਥੇ ਐਂਟਰ ਨਾ ਹੋਣ ਦਿਓ। ਚਲੋ, ਦਿਸ ਇਜ਼ ਯੂਅਰ ਰਾਈਟ, ਸਰਕਾਰ ਹੈ, ਯੂ ਕੈਨ ਡੂ ਦਿਸ। ਸੰਜੀਵ ਜੀ, ਤੁਹਾਨੂੰ ਐਕਟ ਹੈ ਐਮ ਪੀ ਨੂੰ ਬੰਦ ਕਰ ਦੇਣਾ। ਮੈਂ ਜਸਟ 15 ਮਿੰਟ ਪਹਿਲਾਂ ਅੰਦਰ ਐਂਟਰ ਹੋਇਆ ਅਤੇ ਮੈਨੂੰ ਵੀ ਆ ਹੁਣ ਮੈਂ ਹੋਰ ਦੇਖ ਰਿਹਾ। ਸੰਜੀਵ ਜੀ, ਤੁਸੀਂ ਲਿਖਿਆ ਕਿ ਅਸੀਂ ਇਹ ਜਿਹੜਾ ਪ੍ਰੋਜੈਕਟ ਹੈਗਾ ਅੱਜ ਜਨਤਾ ਨੂੰ ਸਮਰਪਿਤ ਕਰਾਂਗੇ, ਕੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਉਦਘਾਟਨ ਕਰਨ ਤੋਂ ਰੋਕਿਆ ਗਿਆ ਹੈ ਕਿ ਹੁਣ ਆਪਣੇ ਦੁਆਰਾ ਆਪ ਕਰਨਗੇ ਉਹ? ਦੇਖੋ, ਇਹ ਛੋਟੀ ਗੱਲ ਤੋਂ ਮੈਂ ਕਰਨਾ, ਕਿਉਂਕਿ ਕਈ ਵਾਰ ਕੀ ਹੁੰਦਾ ਜਿਹੜਾ ਸਕੂਲ ਦਾ ਉਦਘਾਟਨ ਕੇਜਰੀਵਾਲ ਨੂੰ CM ਸਾਹਿਬ ਕਰਕੇ ਗਏ ਹੈ, ਇਹ ਵੀ ਬਹੁਤ ਪੁਰਾਣਾ ਤਿਆਰ ਸੀਗਾ, ਲੇਕਿਨ ਉਦਘਾਟਨ ਦੀ ਵੇਟ ਹੋ ਰਹੀ ਸੀਗੀ। ਹੁਣ ਇਲੈਕਸ਼ਨ ਕੋਡ ਲੱਗ ਜਾਂਦਾ, ਇਲੈਕਸ਼ਨ ਕੋਡ ਤੋਂ ਬਾਅਦ ਫਿਰ ਨਵੀਆਂ ਸਰਕਾਰਾਂ ਵਾਲੇ ਨਵੇਂ ਕੀ ਹੁੰਦਾ ਡਿਸੀਜਨ, ਲੇਕਿਨ ਇਹ ਇੱਕ ਪ੍ਰੋਜੈਕਟ ਜਿਹੜਾ ਵਾ ਕਮਿਊਨਿਟੀ ਸੈਂਟਰ ਜਿਹੜਾ ਉਧਮ ਸਿੰਘ ਦੇ ਨਾਂ ਵਾਲਾ, ਉਹ ਆਲਮੋਸਟ ਰੈਡੀ ਹੈ ਅਤੇ ਅਸੀਂ ਕੋਈ ਹੈਂਡ ਓਵਰ ਨਹੀਂ ਕਰਨਾ ਚਾਹ ਰਹੇ। ਕਿ ਉਦਘਾਟਨ ਕਰਨ ਤੋਂ ਰੋਕਿਆ ਗਿਆ ਤੁਹਾਨੂੰ? ਸਿਰਫ ਇਹਨਾਂ ਨੂੰ ਇਹ ਡਰ ਸੀਗਾ ਵੀ ਅਸੀਂ ਜਾ ਕੇ ਉੱਥੇ ਕੋਈ ਉਦਘਾਟਨ ਕਰ ਦਿਆਂਗੇ ਜਾਂ ਕੁਛ ਕਰ ਦਿਆਂਗੇ, ਬਟ ਇਸ ਚੀਜ਼ ਦਾ ਡਰ ਕਿਉਂ ਹੈ? ਜਦ ਕਾਂਗਰਸ ਵੇਲੇ ਬਣਿਆ, ਅਸੀਂ ਉਹਦਾ ਪ੍ਰੋਜੈਕਟ ਪਾਸ ਕੀਤਾ, ਜਗ੍ਹਾ ਗਲਾਡਾ ਤੋਂ ਦਵਾਈ, 5 ਕਰੋੜ ਰੁਪਇਆ ਗਲਾਡਾ ਤੋਂ ਦਵਾਇਆ, ਟੈਂਡਰ ਉਦੋਂ ਹੋਏ, ਵਰਕ ਆਊਟ ਉਦੋਂ ਹੋਏ, ਬੰਨ ਉਦੋਂ ਦਾ ਰਿਹਾ। ਅਤੇ ਇੱਕ MP, ਇੱਕ MLA ਜਾਂ ਇੱਕ ਹਲਕਾ ਇੰਚਾਰਜ ਲਗਾ ਲਓ ਜਾਂ XML ਲਗਾ ਲਓ, ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਮੈਂ, ਅਸੀਂ ਮੌਕੇ 'ਤੇ ਜਾ ਕੇ ਦੇਖ ਵੀ ਨਹੀਂ ਸਕਦੇ। ਜਿਹੜੀਆਂ ਰੱਸੀਆਂ ਬੰਨੀਆਂ ਗਈਆਂ ਨੇ, ਸੁਰੱਖਿਆ ਕਾਹਦੀ ਜੀ? ਕੱਲ੍ਹ ਨੂੰ ਹੁਣ ਇਲੈਕਸ਼ਨ ਲੜਨਾ ਬਿੱਟੂ ਜੀ ਨੇ ਪਾਰਲੀਮੈਂਟ ਦਾ, ਅਤੇ ਲੋਕਾਂ 'ਚ ਹੀ ਘੁੰਮਣਾ, ਉਹ 'ਚ ਉਹਦੇ ਸੁਰੱਖਿਆ ਵਾਲਾ ਕੀ ਇਸ਼ੂ ਹੈਗਾ? ਸਾਨੂੰ ਬਾਹਰ ਕਿਹੜਾ ਕਿਸ ਨੇ ਕੋਈ ਗੋਲੀਆਂ ਮਾਰ ਦੇਣੀਆਂ ਕਿ ਗੇਟ ਦੇ ਅੰਦਰ ਅਸੀਂ ਬਚ ਜਾਵਾਂਗੇ, ਇਹੋ ਜਿਹਾ ਕੁਛ ਨਹੀਂ ਹੈ। ਤੁਹਾਡੀ ਹੁਣ ਅੱਗੇ ਸਟ੍ਰੈਟਜੀ ਕੀ ਹੈ ਜੀ? MP ਸਾਹਿਬ ਆ ਰਹੇ ਆ ਨੀਚੇ, ਉਹ ਕਮਿਸ਼ਨਰ ਸਾਹਿਬ ਨਾਲ ਗੱਲ ਕਰਨਗੇ। ਲੈਟਸ ਸੀ, ਅਸੀਂ ਤਾਂ ਉਹਨਾਂ ਪ੍ਰੋਜੈਕਟਾਂ 'ਤੇ ਜਾਣਾ ਹੀ ਜਾਣਾ, ਅੱਜ ਨਹੀਂ ਜਾਣ ਦੇਣਗੇ, ਸ਼ਾਮ ਨੂੰ ਚੱਲ ਜਾਂਗੇ, ਸ਼ਾਮ ਨੂੰ ਨਿਕਲ ਚੱਲ ਜਾਂਗੇ। ਇਹ ਉੱਥੇ ਤਾਂ ਤੁਸੀਂ ਵੀ ਜਾ ਸਕਦੇ ਹੋ, ਕੋਈ ਵੀ ਜਾ ਸਕਦਾ, ਨੋਬਡੀ ਕੈਨ ਸਟੋਪ ਐਨੀਵਨ। ਨਹੀਂ ਨਹੀਂ ਸਰ, ਨਹੀਂ ਖੁੱਲ੍ਹਾ ਹੀ, ਅਸੀਂ ਖੜ੍ਹੇ ਹਾਂ ਪ੍ਰੋਟੈਕਸ਼ਨ, ਸਾਡੇ ਅਫਸਰ ਸਾਹਿਬਾਨ ਬਹੁਤ ਰਹਿ ਰਹੇ ਅੰਦਰ, ਉਹਦੀ ਪ੍ਰੋਟੈਕਸ਼ਨ ਵਾਸਤੇ ਖੜ੍ਹੇ ਅਸੀਂ। ਨਹੀਂ, ਰੱਸੀਆਂ ਨਾਲ ਗੇਟ ਬੰਦ ਕਰ, ਵੈਸੇ ਕੀਤਾ ਕੋਈ ਗਲਤ ਅਨੁਸਾਰ ਕੋਈ ਅੰਦਰ ਜਾਵੇਗਾ ਸਰ? ਨਹੀਂ, ਪੁਲਿਸ ਤੋਂ ਨਹੀਂ, ਮਤਲਬ ਤੁਹਾਨੂੰ ਲੱਗਦਾ ਵੀ ਪੁਲਿਸ ਖੜ੍ਹਿਆਂ ਦਾ ਕਿਸੇ ਨੂੰ ਡਰ ਨਹੀਂ ਹੈਗਾ, ਤੁਸੀਂ ਬਾਹਰੋਂ ਜਿਹੜਾ ਮੁੰਡੇ ਬੰਦ ਕਰਦੇ? ਕੋਈ ਵੀ ਬੰਦਾ ਕੋਈ ਗਲਤ ਅਨੁਸਾਰ ਕੋਈ ਸ਼ਰਾਰਤ ਨਾ ਕਰੇ, ਇਸ ਕਰਕੇ ਖੜ੍ਹੇ ਅਸੀਂ, ਬਾਕੀ ਹੋਰ ਜਾਣ ਦੀ ਕੋਈ ਪ੍ਰੋਟੈਕਸ਼ਨ? ਵੈਸੀ ਪ੍ਰੋਟੈਕਸ਼ਨ ਬਹੁਤ ਹੈਗੀ ਆ ਪ੍ਰੋਟੈਕਸ਼ਨ? ਨਹੀਂ ਨਹੀਂ ਨਹੀਂ, ਤੁਹਾਨੂੰ ਪਤਾ ਇਲੈਕਸ਼ਨ ਦੇਣਾ ਤੇ ਸੱਤਾ ਥੋੜੀ ਹੁੰਦੀ ਹੈ, ਵੈਸੇ ਕੋਰਟੀ ਪ੍ਰੋਟੈਕਸ਼ਨ ਵਾਸਤੇ ਖੜ੍ਹੇ ਅਸੀਂ ਵੀ, ਉੱਦਾਂ 'ਚ ਖੜ੍ਹੇ ਹੈਗੇ, ਕਿਸੇ ਰੋਕਣ ਵਾਸਤੇ ਖੜ੍ਹੇ ਅਸੀਂ। ਨਹੀਂ ਨਹੀਂ, ਅਸੀਂ ਨਹੀਂ ਬੰਨੀ, ਉਹ ਤਾਂ ਪ੍ਰੋਟੈਕਸ਼ਨ ਵਾਸਤੇ ਖੜ੍ਹੀ ਹੈ। ਦੱਸੀ ਤੁਸੀਂ ਬੰਨੀ? ਨਹੀਂ ਨਹੀਂ, ਸਭ ਨੂੰ ਪਤਾ ਕਿਹਦੇ ਬੰਨੀ ਹੈ, ਪ੍ਰੋਟੈਕਸ਼ਨ ਵਾਸਤੇ ਖੜ੍ਹੇ ਹੈ।